ਸਾਥੀਓ ਅਤੇ ਪਿਆਰੇ ਬੱਚਿਓ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਯੂਟਿਊਬ ਚੈਨਲ ਸਕੂਲ ਨਿਊਜ਼ 'ਤੇ। ਤਾਂ ਪਿਆਰੇ ਬੱਚਿਓ, ਹੁਣ ਜਿਹੜਾ ਫੋਰਥ ਅਤੇ ਫਿਫਥ ਦਾ ਜਿਹੜਾ ਪੇਪਰ ਹੈਗਾ ਮੰਡੇ ਨੂੰ, ਉਹ ਅਪਲੋਡ ਕਰ ਦਿੱਤਾ ਗਿਆ ਹੈ। ਫਿਫਥ ਦਾ ਇੰਗਲਿਸ਼ ਦਾ, ਫੋਰਥ ਦਾ ਜਿਹੜਾ EVS ਦਾ, ਅਤੇ ਥਰਡ ਦਾ ਵੀ ਜਿਹੜਾ ਇੰਗਲਿਸ਼ ਦਾ ਪੇਪਰ ਹੈ 30 ਤਰੀਕ ਨੂੰ, ਹੁਣ ਜਿਹੜਾ ਉਹ ਆਪਾਂ ਸੈਂਪਲ ਪੇਪਰ ਅਪਲੋਡ ਕਰਾਂਗੇ। ਉਸੇ ਤਰ੍ਹਾਂ ਦਾ ਪੇਪਰ ਜਿਹੜਾ ਤੁਹਾਨੂੰ ਦੇਖਣ ਨੂੰ ਮਿਲੇਗਾ। ਅਤੇ ਪਿੱਛੇ ਜਿਹੜੇ ਬੱਚੇ ਜੁੜੇ ਹੋਏ ਉਹਨਾਂ ਨੂੰ ਪਤਾ ਹੈ। ਅਤੇ ਹੁਣ ਆਪਾਂ ਕਰਦੇ ਹਾਂ ਥਰਡ ਕਲਾਸ ਦਾ, ਅਤੇ ਇਹ ਲਾਸਟ ਪੇਪਰ ਹੈ। ਇਸ ਤੋਂ ਬਾਅਦ ਜਿਹੜੇ ਪੇਪਰ ਖਤਮ ਹੋ ਜਾਣੇ, ਅਤੇ ਨਾਲ ਦੀ ਨਾਲ ਆਪਣੇ ਜਿਹੜੀਆਂ ਵਰਕਸ਼ੀਟਾਂ ਵੀ ਆਪਾਂ ਅਪਲੋਡ ਕਰਦੇ ਹੁੰਦੇ ਹਾਂ, ਅਤੇ ਉਹ ਵੀ ਜ਼ਰੂਰ ਦੇਖਿਆ ਕਰੋ। ਮੋਰਨਿੰਗ ਸਲਾਈਡ ਵੀ ਜ਼ਰੂਰ ਦੇਖਿਆ ਕਰੋ, ਉਹਨਾਂ 'ਚੋਂ ਵੀ ਜਿਹੜਾ ਬਹੁਤ ਫਾਇਦਾ ਹੁੰਦਾ, ਕੁਸ਼ਚਨ ਦੇਖਣ ਨੂੰ ਮਿਲਦੇ ਆ। ਅਤੇ ਹੁਣ ਆਪਾਂ ਕਰਾਂਗੇ ਪੇਪਰ ਥਰਡ ਕਲਾਸ ਦਾ ਇੰਗਲਿਸ਼ ਦਾ। ਤਾਂ ਹਾਂਜੀ ਬੱਚਿਓ, ਇਹਦੇ ਨਾਲ ਦਾ ਜਿਹੜਾ ਪੇਪਰ ਤੁਹਾਨੂੰ ਦੇਖਣ ਨੂੰ ਮਿਲੇਗਾ। ਆਪਾਂ ਕਰਦੇ ਹਾਂ ਹੁਣ ਸਬਜੈਕਟ ਇੰਗਲਿਸ਼ ਥਰਡ ਕਲਾਸ। ਪਹਿਲੇ ਜਿਹੜਾ 10 ਨੰਬਰ ਦਾ ਪੈਰਾ ਪੜ੍ਹਾਂਗੇ ਆਪਾਂ। ਫਰੋਮ ਦੈਟ ਡੇ ਦਾ ਬੀਅਰ ਐਂਡ ਦਾ ਰੈਬਿਟ ਬਿਕੇਮ ਗੁੱਡ ਫਰੈਂਡ ਐਂਡ ਸਪੈਂਡ ਗੁੱਡ ਟਾਈਮ। ਵਨ ਡੇ ਦਾ ਰੈਬਿਟ ਸਾ ਏ ਹੰਟਰ ਇਨ ਦਾ ਜੰਗਲ ਡਿਗਿੰਗ ਏ ਪਿੱਟ ਔਨ ਦਾ ਵੇ ਟੂ ਬੀਅਰਸ ਕੇਵ ਐਂਡ ਕਵਰਿੰਗ ਇਟ ਵਿਦ ਲੀਵਸ। ਹੀ ਵੈਂਟ ਕੁਇਕਲੀ ਟੂ ਟੈਲ ਹਿਸ ਫਰੈਂਡਸ ਅਬਾਊਟ ਦਾ ਟ੍ਰੈਪ। ਤਾਂ ਉਸਨੇ ਜਿਹੜਾ ਆਪਣੇ ਦੋਸਤਾਂ ਨੂੰ ਟ੍ਰੈਪ ਬਾਰੇ ਦੱਸਿਆ। ਵਟ ਡਿਡ ਦਾ ਰੈਬਿਟ ਸੀ, ਤਾਂ ਰੈਬਿਟ ਨੇ ਕੀ ਦੇਖਿਆ? ਤਾਂ ਉਸਦੇ ਰੈਬਿਟ ਗੁੱਡ ਫਰੈਂਡਸ, ਤਾਂ ਉਸਨੇ ਰੈਬਿਟ ਸਾ ਏ ਹੰਟਰ ਇਨ ਦਾ ਜੰਗਲ, ਤਾਂ ਉਸਨੇ ਇੱਕ ਹੰਟਰ ਨੂੰ ਦੇਖਿਆ। ਉਸ ਵੇਅਰ ਵਾਜ ਦਾ ਹੰਟਰ ਡਿਗਿੰਗ ਏ ਪਿੱਟ ਵੇ ਆਫ ਬੀਅਰ, ਕੇਵ ਆਫ ਦਾ ਬੀਅਰ, ਆਪਸ਼ਨ ਨੰਬਰ ਬੀ। ਉਸ ਬਾਅਦ ਹੂ ਵੈਂਟ ਕੁਇਕਲੀ ਟੂ ਟੈਲ ਹਿਜ ਫਰੈਂਡਸ, ਤਾਂ ਕਿਸ ਨੇ ਜਾ ਕੇ ਆਪਣੇ ਫਰੈਂਡਸ ਨੂੰ ਕੁਇਕਲੀ ਦੱਸਿਆ? ਰੈਬਿਟ ਨੇ, ਦਾ ਰੈਬਿਟ। ਉਹਦਾ ਚੂਜ਼ ਦਾ ਪਲੂਰਲਸ ਲੱਭਣਾ ਜਿਹਦੇ ਵਿੱਚ ਜ਼ਿਆਦਾ ਨੇ ਲੀਵਸ, ES ਲੱਗੀ ਹੈ, ਇਹ ਪਲੂਰਲਸ। ਉਹਦਾ ਚੂਜ਼ ਦਾ ਕਰੈਕਟ ਆਪਸ਼ਨ ਫਾਰ ਦਾ ਰੈਬਿਟ ਐਂਡ ਏ ਬੀਅਰ, ਰੈਬਿਟ ਏ ਰੈਬਿਟ ਐਂਡ ਏ ਬੀਅਰ, ਤਾਂ ਇਹ ਕੀ ਆ ਜਾਏਗਾ? ਦੇ। ਉਸ ਤੋਂ ਬਾਅਦ ਦੇਖੋ, ਚੂਜ਼ ਦਾ ਕਰੈਕਟ ਆਪਸ਼ਨ ਐਂਡ ਫਿਲ ਦਾ ਬਲੈਂਕਸ 10, ਇੱਥੇ ਕੀ ਭਰਾਂਗੇ? ਟੀ। ਤਾਂ ਇੱਥੇ ਕੀ ਭਰਾਂਗੇ? ਹੈਨ, ਇੱਥੇ ਭਰਾਂਗੇ ਐਚ। ਰੀਅਰੇਂਜ ਦਾ ਲੈਟਰ ਟੂ ਮੇਕ ਕਰੈਕਟ ਵਰਡ ਫੋਰ ਐਂਡ ਚੂਜ਼ ਦਾ ਰਿਲੇਟਡ। ਹਾਂ, ਇਹਦੇ ਵਿੱਚੋਂ ਕੀ? ਵੈਬ, ਵੈਬ ਬਣਾ ਕੇ ਕੀ ਬਣ ਜਾਏਗਾ? ਆਪਸ਼ਨ ਨੰਬਰ ਏ। ਅੱਗੇ ਦੇਖੋ, ਚੂਜ਼ ਦਾ ਕਰੈਕਟ ਵਰਡ ਫੋਰ ਦਾ ਪਿਕਚਰ, ਪੈੱਨ PEN, ਪੈੱਨ। ਅੱਗੇ ਹੈ ਮੈਚ ਦਾ ਸੇਮ ਵਰਡ, ਡਿਊ ਨੂੰ ਡਿਊ ਨਾਲ ਜਿਹੜਾ ਮੈਚ ਕਰਨਾ ਹੈ। ਨੈਕਸਟ, ਰੀਅਰੇਂਜ ਲੈਟਰ ਟੂ ਮੇਕ ਦਾ ਕਰੈਕਟ ਵਰਡ, CUP, ਕੱਪ। ਤਾਂ ਕੱਪ ਕੀ ਹੈ ਇੱਥੇ? ਚੂਜ਼ ਦਾ ਰਾਈਮਿੰਗ ਵਰਡ ਆਫ ਕੋਪ, ਕੋਪ ਟੋਪ। ਨੈਕਸਟ ਆ ਗਿਆ, ਚੂਜ਼ ਦਾ ਕਰੈਕਟ ਵਰਡ ਵਿਚ ਇਜ਼ ਹਿਡਨ ਇਨ ਦਾ ਗ੍ਰਿਡ, ਕਰੈਕਟ ਵਰਡ ਜੋ ਹਿਡਨ ਹੈ ਇਹਦੇ ਵਿੱਚ, ਤਾਂ ਉਹ ਦੇਖਣਾ ਆਪਾਂ। ਬੈਨ ਹੈ, ਜੈਮ ਹੈ, ਟੈਬ ਹੈ ਜਾਂ ਮੈਨ ਹੈ? ਤਾਂ ਦੇਖੋ BAN, ਬੈਨ। ਚੂਜ਼ ਦਾ ਆਊਟ ਵਨ, ਇਹਦੇ 'ਚ ਆਊਟ ਲੱਭਣਾ। ਸ਼ੋਪਕੀਪਰ, ਡਾਕਟਰ, ਪਾਇਲਟ ਐਂਡ ਮੈਨ, ਮੈਨ ਅਲੱਗ ਹੈ, ਇਹ ਤਿੰਨੋਂ ਮੈਨ ਜਿਹੜੇ ਇਹ ਕਿੱਤਾਕਾਰ ਹੈ ਜੋ ਓਕੂਪੇਸ਼ਨ। ਫਾਇੰਡ ਦਾ ਓਪੋਜ਼ਿਟ ਆਫ ਬੈਡ, ਬੈਡ ਦਾ ਓਪੋਜ਼ਿਟ ਕੀ ਹੈਗਾ? ਗੁੱਡ।
ਨੈਕਸਟ ਚੂਜ਼ ਦਾ ਕਰੈਕਟ ਆਪਸ਼ਨ ਫੋਰ ਦਾ ਪਿਕਚਰ ਪਿਕਚਰ ਕੀ ਹੈ ਸਪੈਰੋ ਚੂਜ਼ ਦਾ ਇਨਕਰੈਕਟ ਪੇਅਰ ਨੀਅਰ ਫੋਰ ਹੇਅਰ ਦੇਅਰ ਸਵੀਟ ਸਾਲਟ ਓਪਨ ਕਲੋਜ ਹਾਂ ਬਿਟਰ ਹੋਏਗਾ ਨਾ ਕਿ ਸਾਲਟ ਹੋਏਗਾ ਆਪਸ਼ਨ ਨੰਬਰ ਸੀ ਫਿਲਿੰਗ ਦਾ ਬਲੈਂਕਸ ਵਿਦ ਦਾ ਸੂਟੇਬਲ ਆਰਟੀਕਲ ਦਿਸ ਇਜ਼ ਏ ਕੰਪਿਊਟਰ ਨੈਕਸਟ ਆ ਜਾਣਾ ਤੁਹਾਡਾ ਸੈਕਸ਼ਨ ਸੀ ਜਿਹੜਾ ਕੁਐਸਚਨਸ ਅਤੇ ਕੁਐਸਚਨ ਤੁਹਾਨੂੰ ਜਿਹੜੇ ਕਿਰਾਏ ਲੈਸਨ 'ਚੋਂ ਆਉਣੇ ਆ ਤਾਂ ਇਹਨਾਂ ਕੁਐਸਚਨਾਂ 'ਚੋਂ ਕੋਈ ਵੀ ਚਾਰ ਜਿਹੜੇ ਕੁਐਸਚਨ ਤੁਸੀਂ ਕਰਨੇ ਹੋਣਗੇ ਆਹ ਤੁਹਾਡੇ ਲੈਸਨ ਹੈ ਲੈਸਨ ਦੇ ਵਿੱਚੋਂ ਜਿਹੜੇ ਕੁਐਸਚਨ ਆਏ ਹੋਏ ਆ ਹੂ ਇਜ਼ ਪਲੇਇੰਗ ਫੁੱਟਬਾਲ ਇਹ ਵਿਜ਼ਿਟ ਵਾਲੇ ਕੁਐਸਚਨ 'ਚੋਂ ਹੈ ਹੂ ਓਲਡ ਇਜ਼ ਰਵੀ ਗ੍ਰੈਂਡਫਾਦਰ ਨੈਕਸਟ ਵੇਅਰ ਇਜ਼ ਦਾ ਟ੍ਰੀ ਉਹਦਾ ਵਟ ਇਜ਼ ਦਾ ਗਾਰਡਨਰ ਡੂਇੰਗ ਹੂ ਲਾਈਕ ਟੂ ਪਲੇਅ ਵਿਦ ਏ ਫੁੱਟਬਾਲ ਵਟ ਇਜ਼ ਕੋਮਲ ਡੂਇੰਗ ਤਾਂ ਜਿਹੜੇ ਜ਼ਿਆਦਾ ਕੁਐਸਚਨ ਤੁਹਾਡੇ ਇਹ ਵਿਜ਼ਿਟ ਏ ਪਾਰਕ ਵਾਲੇ ਵਿੱਚੋਂ ਹੈਗੇ ਆ ਚਾਰ ਕੁਐਸਚਨ ਜਿਹੜੇ ਤੁਸੀਂ ਇਹ ਛੀਆਂ 'ਚੋਂ ਕਰਨੇ ਆ ਉਸ ਤੋਂ ਬਾਅਦ ਕਰੈਕਟ ਦਾ ਗਿਵਨ ਪਿਕਚਰ ਤਾਂ ਹੀ ਇਜ਼ ਸੈਡ ਐਂਡ ਸ਼ੀ ਇਜ਼ ਏ ਨਰਸ ਪੰਜ ਨੰਬਰ ਦਾ ਇਹ ਆ ਗਿਆ ਤੁਹਾਨੂੰ ਅਤੇ ਉਸ ਤੋਂ ਬਾਅਦ ਜਿਹੜੇ ਖਾਲਿਸਤਾਨ ਭਰਨੇ ਆ ਮਾਈ ਨੇਮ ਇਜ਼ ਆਪਣਾ ਨਾਮ ਭਰਨਾ ਆਈ ਐਮ 6 ਜਾਂ 7 ਈਅਰ 8 ਈਅਰ ਓਲਡ ਆਈ ਲਾਈਕ ਟੂ ਪਲੇ ਫੁੱਟਬਾਲ ਜਾਂ ਕੁਛ ਵੀ ਜੋ ਤੁਸੀਂ ਲਾਈਕ ਕਰਦੇ ਹੋ ਆਪਣੇ ਅਕੋਰਡਿੰਗ ਭਰਨਾ ਉਸ ਤੋਂ ਬਾਅਦ ਡੇ ਆਫ ਵੀਕ ਰਾਈਟ ਦਾ ਨੇਮ ਆਫ ਡੇਜ਼ ਆਫ ਵੀਕ ਸੰਡੇ ਮੰਡੇ 5 ਡੇ ਲਿਖਣੇ ਆ ਤੁਸੀਂ ਉਸ ਤੋਂ ਬਾਅਦ ਪਿਕਚਰ ਦੇ ਬਾਰੇ 2 ਲਾਈਨਾਂ ਲਿਖਣੀਆਂ ਹੈ ਰਾਈਟ ਐਨੀ 2 ਸੈਂਟੈਂਸ ਫੋਰ ਗਿਵਨ ਪਿਕਚਰ ਤਾਂ ਇਹਦੇ ਵਿੱਚ ਏ ਮੈਨ ਇਜ਼ ਵਾਟਰਿੰਗ ਦਾ ਪਲਾਂਟ ਠੀਕ ਹੈ ਨੈਕਸਟ ਅੱਗੇ ਆ ਗਿਆ ਏ ਮੈਨ ਰਾਈਡਿੰਗ ਮੈਨ ਇਜ਼ ਰਾਈਡਿੰਗ ਏ ਬਾਈਸਾਈਕਲ ਉਹ ਸਾਈਕਲ ਚਲਾ ਰਿਹਾ ਠੀਕ ਹੈ ਇਸ ਤਰ੍ਹਾਂ ਕਰਕੇ ਤੁਸੀਂ ਲਿਖ ਸਕਦੇ ਹੋ ਉਸ ਤੋਂ ਬਾਅਦ ਇਹ ਤੁਹਾਡੇ ਇੱਕੋ ਹੀ ਹੈ ਮਾਈ ਨੇਮ ਇਜ਼ ਆਪਣਾ ਨਾਮ ਲਿਖਿਆ ਹੈ ਸੈਲਫ ਇੰਟਰੋਡਕਸ਼ਨ ਹੈ ਮਾਈ ਫਾਦਰ ਨੇਮ ਮਦਰ ਨੇਮ ਆਈ ਰੀਡ ਇਨ ਥਰਡ ਕਲਾਸ ਐਂਡ ਆਈ ਐਮ 8 ਜਾਂ 9 ਈਅਰ ਓਲਡ ਪਲੱਸ ਜੋ ਤੁਹਾਡਾ ਰਾਈਟਿੰਗ 'ਚ ਨੰਬਰ ਆ ਗਏ ਅਤੇ ਇਹ ਜਿਹੜਾ ਤੁਹਾਡਾ ਪੇਪਰ ਇਸ ਟਾਈਪ ਦਾ ਤੁਹਾਨੂੰ ਦੇਖਣ ਨੂੰ ਮਿਲੇਗਾ ਇਹਦੇ ਵਿੱਚੋਂ ਕਾਫੀ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਣਗੇ ਪੇਪਰ ਦੇ ਵਿੱਚ ਕੁਛ ਅਲੱਗ ਆ ਸਕਦੇ ਹੈ ਤਾਂ ਇਸ ਤਰ੍ਹਾਂ ਜਿਹੜੀ ਪੇਪਰ ਦੀ ਤਿਆਰੀ ਤੁਸੀਂ ਆਪਣੀ ਪੂਰੀ ਕਰਕੇ ਜਾਣੀ ਹੈ ਕੱਲ੍ਹ ਦਾ ਦਿਨ ਵੀ ਹੈ ਚੰਗੀ ਤਰ੍ਹਾਂ ਵਿਜ਼ਨ ਕਰੋ ਜੋ ਸਿਲੇਬਸ ਕਰਵਾ ਰੱਖਿਆ ਪਹਿਲਾ ਦੂਜਾ ਲੈਸਨ ਉਸ ਦੀ ਤਿਆਰੀ ਕਰਕੇ ਤਾਂ ਉਹ ਦੋਨੋਂ ਲੈਸਨ ਜਿਹੜੇ ਕੰਪਲੀਟ ਕਰਕੇ ਜਾਣੇ ਆ ਅਤੇ ਉਹਦੇ ਵਿੱਚੋਂ ਹੀ ਤੁਹਾਨੂੰ ਜਿਹੜਾ ਪੇਪਰ ਦੇਖਣ ਨੂੰ ਮਿਲੇਗਾ ਅਤੇ ਸਾਰਿਆਂ ਤੱਕ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ